769 ਤੇ ਐਸਵੇਲੇ ਤੁਸੀਂ ਡਲਸਨਸ ਲਿਸਟਰਸ ਦਾ ਪ੍ਰੋਗਰਾਮ ਲੀਗਲ ਗਾਈਡੈਂਸ ਦੇਖ ਰਹੇ ਹੋ ਲੀਗਲ ਗਾਈਡੈਂਸ ਦੇ ਵਿੱਚ ਲੀਗਲ ਗਾਈਡੈਂਸ ਕੀ माहिर वकील वकील दलजीत जी तो सेवा देख हाज़र रहते दे। हैं वकील दलजीत जी हर जो कानून का पहलू है वो ऊपर नज़र पाते हैं वेरी स्पैशली ये प्रोग्राम इमीग्रेशन बेस्ड है और फैमिली लॉ दे उ बेस्ड है तो तरह की भी इमीग्रेशन की प्रॉब्लम हो कुछ भी हो वकील दलजीत जी दे नाल अपनी समझ के गल कर सकते हो और ये तो जबानी तो सारे क्वेश्चन के आंसरस देते और फैमिली लॉ की कोई प्रॉब्लम हो भी हो फिर अलावा विंडरस पॉलिसी की को ਕੀ ਸਮੱਸਿਆ ਹੈ ਤੁਸੀਂ ਵਕੀਲ ਦਲਜੀਤ ਜੀ ਦੇ ਨਾਲ ਗੱਲ ਕਰੋ ਵਕੀਲ ਦਲਜੀਤ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵਿੱਕੀ ਸਤਿ ਸ਼੍ਰੀ ਅਕਾਲ ਵਕੀਲ ਦਲਜੀਤ ਜੀ ਪੂਰੇ ਅੱਧੇ ਘੰਟੇ ਵਾਸਤੇ ਤੁਹਾਡੀ ਸੇਵਾ ਦੇ ਵਿੱਚ ਇਹ ਜੋ ਸੰਗਤ ਟੈਲੀਵਿਜ਼ਨ ਹੈ ਉਥੇ ਹਾਜ਼ਰ ਰਹਿਣਗੇ ਸੰਗਤ ਟੈਲੀਵਿਜ਼ਨ 769 ਤੇ ਤੁਸੀਂ ਇਹਨਾਂ ਦਾ ਪ੍ਰੋਗਰਾਮ ਹਰ ਹਫ਼ਤੇ ਦੇਖਦੇ ਹੋ ਹਰ ਫਿਰ ਇਨ ਅਧਿਨਲ ਮਿਲਣ ਦੀ ਤੁਸੀਂ ਜੇ ਤੁਸੀਂ ਮਿਲਣਾ ਚਾਹੁੰਦੇ ਹੋ ਤੇ ਸੰਗਤ ਟੈਲੀਵਿਜ਼ਨ ਦੇ ਰਿਸੈਪਸ਼ਨ ਤੇ ਟੈਲੀਫੋਨ ਕਰੋ ਉੱਥੇ ਸਾਇਮ ਜੀ ਹੋਣਗੇ ਉਹ ਟੈਲੀਫੋਨ ਚੁੱਕੇ ਤੁਹਾਡਾ ਟੈਲੀਫੋਨ ਨੰਬਰ আর ਤੁਹਾਡਾ ਨਾਮ ਲਿਖ ਲੈਣਗੇ আর ਵਕੀਲ ਸਾਹਿਬ ਦਾ ਇਹ ਵਾਅਦਾ ਹੈ ਕਿ हर कोई कॉल जो है ओनू परसनल समझ के अटेंड कर दें और जरूर वापस टैलीफोन कर दें जोड़ा ना दसया याद रखना किसी ऐसा ना हो दूसरा नाँ दसिया हो जो ये टैलीफोन कर फिर इना टाइम वेस्ट होते अलावा स्क्रीन पर एक होर टेलीफोन नंबर देखोगे वो वट्सअप टैलीफोन नंबर है और वट्सअप टैलीफोन नंबर फ़ोन करके मैसेज छड़ सद या फिर उफोन भी कर सकते होविड करके तीन जगह जितने पहले जाते होंगे सके याद होगा फ्री एडवाइस देन वास्ते कम्यूनिटी सेंटर्स उत्तें जा नहीं सदते हो बंद है अजकल पर तू तो बिल्कुल सही राय देन वास्ते किसी स्टैपते भी तो को कोई गलती ना हो जाए इस करके अपने ऑफिस के दरवाजे इन्होंने पिछले कुछ हफ्त तो खोल दिए हैं और इन दे ऑफिस तुम तो जा सकते हो मंडे टू फ्राइडे नौ बजे तो लैके पांच बजे तक और एड्रेस है सैवनटीन नंबर सतारा ग्रीन सैवनटीन स्कूल रोड हॉल ग्रीन बने गया और मेरी तरह तीस तो गलती ना करना जाके कि सोलह नंबर से ना चले जाए सैवनटीन नंबर ही ही जाना है तो किसी तरह भी कोई गुमराह करने की कोशिश करता है एमएस होने वाली है कच्चे सब पक्के कर देने इस तो पहले कि कुछ तुम्हें कोई भी स्टैप चुको तीस वकील दलजीत जी दे कर सकते हो वकील साहब जड़े इतने ब्रिटिश सिटंस हैं या फिर जिन्हें परमानेंट स्टैंप लग गई है जे।, जे वो अपने माँ बाप को इंडिया तो मंगवाना चाहते हैं ਤੋ ਉਹ ਕਿਵੇਂ ਮੰਗਾ ਸਕਦੇ ਆਂ ਔਰ ਕਿਆ ਉਹ ਮੰਗਾ ਸਕਦੇ ਆਂ ਅਰੋਧ ਦੇ ਵਾਸਤੇ ਕੀ ਰਿਕੁਆਇਰਮੈਂਟਸ ਹੋਣਗੀਆਂ ਔਰ ਕਿਆ ਤੁਸੀਂ ਓਕੇ ਸੀਜ਼ ਲੈਂਦੇ ਹੋ ਜੀ ਬਈ ਅਸੀਂ ਓਕੇ ਸੀਜ਼ ਬਿਲਕੁਲ ਲੈਂਦੇ ਆਂ ਪਰ ਇਹਦੀਆਂ ਜਿਹੜੀਆਂ ਰਿਕੁਆਇਰਮੈਂਟਸ ਤਾਂ ਇਹ ਹੀ ਆ ਕਿ ਤੁਸੀਂ ਇਹ ਪ੍ਰੂਵ ਕਰਨਾ ਹੈ ਕਿ ਉਹ ਉਹਨਾਂ ਦਾ ਇੰਡੀਆ ਦੇ ਵਿੱਚ ਕੋਈ ਨਹੀਂ ਹੈ ਲੁੱਕ ਆਫਟਰ ਕਰਨ ਲਈ ਅੱਛਾ ਤੁਹਾਡੇ ਜਿਹੜੇ ਪੇਰੈਂਟਸ ਆ ਉਹਨਾਂ ਦੀ ਏਜ ਕਾਫੀ ਹੋ ਗਈ ਆ ਉਹਨਾਂ ਦੇ ਹੈਲਥ ਇਸ਼ੂਜ਼ ਆ ਤੇ ਉਹਨਾਂ ਦਾ ਇੰਡੀਆ ਕੋਈ ਲੁੱਕ ਆਫਟਰ ਕਰਨ ਲਈ ਹੈ ਨਹੀਂ ਫਾਈਨੈਂਸ਼ਲੀ ਇਮੋਸ਼ਨਲੀ ਤੁਹਾਡੇ ਤੇ ਡਿਪੈਂਡੈਂਟ ਨੇ ਪਰ ਬਹੁਤੇ ਕੇਸਸ ਦੇ ਵਿੱਚ ਇਹ ਵੀ ਹੁੰਦਾ ਜਿੱਥੇ ਫਾਈਨੈਂਸ਼ੀਅਲ ਡਿਪੈਂਡੈਂਸੀ ਜਿਹੜੀ ਆਪਾਂ ਨਹੀਂ ਦਿਖਾ ਸਕਦੇ ਜੇ ਇੰਡੀਆ ਉਹਨਾਂ ਦਾ ਕੋਈ ਲੁੱਕ ਆਫਟਰ ਕਰਨ ਦਾ ਨਹੀਂ ਹੈਗਾ ਤਾਂ ਤੁਸੀਂ ਕਹਿੰਦੇ ਹੋ ਕਿ ਉਹ ਚੀਜ਼ ਤੁਸੀਂ ਪ੍ਰੂਵ ਕਰ ਸਕਦੇ ਹੋ ਪਰ ਮੈਡੀਕਲੀ ਤੁਹਾਡੇ ਤੇ ਡਿਪੈਂਡੈਂਟ ਆ ਮੈਡੀਕਲ ਦਾ ਮਤਲਬ ਹੈ ਕਿ ਉਹਨਾਂ ਦੇ ਹੈਲਥ ਇਸ਼ੂਜ਼ ਬਹੁਤ ਜ਼ਿਆਦਾ ਹੋ ਗਏ ਹੁਣ ਉਹ ਇਕੱਲੇ ਆ ਉੱਥੇ ਆਪਣੇ ਆਪ ਦੀ ਲੁੱਕ ਆਫਟਰ ਨਹੀਂ ਕਰ ਸਕਦੇ ਤਾਂ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਤੁਸੀਂ ਬਿਲਕੁਲ ਐਪਲੀਕੇਸ਼ਨ ਲਾ ਸਕਦੇ ਆ ਪਰ ਮੈਂ ਆਪਣੇ ਦਰਸ਼ਕਾਂ ਨੂੰ ਇਹ ਦੱਸ ਦਵਾਂ ਕਿ ਜਿਹੜੇ ਬ੍ਰਿਟਿਸ਼ ਨੈਸ਼ਨਲ ਜਾਂ ਸੈਟਲ ਲੋਕਾਂ ਲਈ ਅਡਲਟ ਡਿਪੈਂਡੈਂਸੀ ਰੂਲਸ ਜਿਹੜੇ ਆ ਇਮੀਗ੍ਰੇਸ਼ਨ ਦੇ ਤੈਰ ਵੈਰੀ ਵੈਰੀ ਹਾਰਸ਼ ਵੈਰੀ ਹਾਰਡ ਨੇ ਇਹਦੇ ਵਿੱਚ ਇਹ ਹੁੰਦਾ ਕਿ ਮੋਸਟ ਆਫ ਦਾ ਟਾਈਮਸ ਅਪੀਲ ਚ ਜਾ ਕੇ ਵੀਜ਼ਾ ਮਿਲਦਾ ਹੈ ਰਾਈਟ ਕਿਉਂਕਿ ਇਹ ਕਈ ਆਪਣੇ ਜਿਹੜੇ ਅਸੀਂ ਕੇਸ ਵਰਕਰ ਇਹ ਵੀ ਕਹਿੰਦੇ ਮੈਂ ਸੁਣਿਆ ਫੇਸਬੁੱਕ ਤੇ YouTube ਦੇ ਕਿ ਅਸੀਂ ਜੇ ਤੁਸੀਂ ਆਪਣੇ ਮਾਂ ਬਾਪ ਨੂੰ ਬੁਲਾਉਣਾ ਚਾਹੁੰਦੇ ਹੋ ਅਸੀਂ 100% ਗਾਰੰਟੀ ਲੈਂਦੇ ਆ ਸਪੈਸ਼ਲੀ ਫॉर ਬ੍ਰਿਟਿਸ਼ ਨੈਸ਼ਨਲਸ ਜਾਂ ਸੈਟਲਡ ਲੋਕਾਂ ਲਈ ਇਹ ਇਹ ਗੱਲ ਗਲਤ ਹੈ ਇਹ ਕਹਿਣਾ ਕਿ ਅਸੀਂ ਗਰੰਟੀ ਲੈਂਦੇ ਆ ਇਸ ਤਰ੍ਹਾਂ ਦੇ ਕੇਸਾਂ ਦੇ ਵਿੱਚ ਕੋਈ ਗਰੰਟੀ ਨਹੀਂ ਹੁੰਦੀ ਜੀ ਮੋਸਟਲੀ ਅਪੀਲ 'ਚ ਜਾ ਕੇ ਵੀਜ਼ਾ ਮਿਲਦਾ ਜਦੋਂ ਅਸੀਂ ਕਹਿੰਦੇ ਆ ਅਪੀਲ 'ਚ ਜਾ ਕੇ ਮਿਲਦਾ ਹੋਮ ਆਫਿਸ ਇਹਨਾਂ ਨੂੰ ਐਂਟਰੀ ਕਲੀਅਰੈਂਸ ਆਫੀਸਰ ਰਿਫਿਊਜ਼ ਕਰ ਦਿੰਦਾ ਜੀ ਅਨਲੈਸ ਕਿ ਤੁਸੀਂ ਪ੍ਰੂਵ ਕਰ ਸਕੋ ਕਿ ਫਾਈਨੈਂਸ਼ੀਅਲ ਡਿਪੈਂਡੈਂਸੀ ਤੁਸੀਂ ਉਹਨਾਂ ਨੂੰ ਪੈਸੇ ਭੇਜ ਰਹੇ ਹੋ ਲੰਬੇ ਸਮੇਂ ਤੋਂ ਉਹ ਬੁਮਾਰਨੇ ਪਲਾਸ ਉਹਨਾਂ ਦਾ ਕੋਈ ਇੰਡੀਆ ਹੋਰ ਹੈ ਨਹੀਂ ਲੁੱਕ ਆਫਟਰ ਕਰਨ ਦਾ ਠੀਕ ਹੈ ਇਹ ਚੀਜ਼ਾਂ ਜੇ ਤੁਸੀਂ ਪ੍ਰੂਵ ਕਰ ਸਕਦੇ ਆ ਤਾਂ ਫਿਰ ਚਾਂਸਸ ਹੈਗੇ ਆ ਉਹਨਾਂ ਨੂੰ ਵੀਜ਼ਾ ਮਿਲ ਜਾਂਦਾ ਅੱਛਾ ਜੀ 1947 ਦੇ ਬਾਅਦ ਇੰਡੀਆ ਦੇ ਵਿੱਚ ਪੜਾਈ ਦਾ ਰੇਟ ਕਾਫੀ ਉੱਪਰ ਹੋਇਆ ਅਲ ਮੈਜੋਰਟੀ ਦੇ ਲੋਕ ਹੈ ਜਿਹੜੇ ਉੱਥੇ ਰਿਟਾਇਰ ਹੋਏ ਹੈ ਗੈਸਟਿਡ ਅਫੀਸਰਸ ਵੀ ਰਿਟਾਇਰ ਹੋਏ ਹੈ ਜੀ ਜੀ ਅਰ ਉਸ ਹیثیت ਦੇ ਵਿੱਚ ਜੇ ਉਹਨਾਂ ਨੇ ਇੰਗਲੈਂਡ ਵੀ ਆਪਣੇ ਬੱਚੇ ਨੂੰ ਵਿਜ਼ਿਟ ਕੀਤਾ ਹੋਵੇ ਐਸ ਟੂਰਿਸਟ ਅਰ ਫਿਕਸਟੀਕ ਆਫੀਸਰ ਨੂੰ ਪੈਨਸ਼ਨਸ ਵੀ ਉੱਥੇ ਮਿਲਦੀ ਹੈ ਸੋ ਹਾਊ ਕੈਨ ਦੇ ਪ੍ਰੂਵ ਕਿ ਉਹ ਆਪਣੇ ਬੱਚਾ ਤੇ ਹੀ ਡਿਪੈਂਡੈਂਟ ਹੈ ਐਂਡ ਹਾਊ ਦੇ ਕੈਨ ਪ੍ਰੂਵ ਕਿ ਫਾਈਨੈਂਸ਼ੀਅਲੀ ਵੀ ਉਹ ਡਿਪੈਂਡੈਂਟ ਹੈ ਹਾਂਜੀ ਫਾਈਨੈਂਸ਼ੀਅਲ ਡਿਪੈਂਡੈਂਸੀ ਨਹੀਂ ਹੈਗੀ ਇਸ ਤਰ੍ਹਾਂ ਦੇ ਕੇਸਾਂ ਦਾ ਵਿੱਚ ਫਿਰ ਇਹੀ ਪ੍ਰੂਵ ਕਰਨਾ ਪਏਗਾ ਕਿ ਉਹ ਈਮੋਸ਼ਨਲੀ ਸਾਡੇ ਤੇ ਡਿਪੈਂਡੈਂਟ ਆ ਪਲੱਸ ਅਸੀਂ ਕਲਚਰਲੀ ਜਿੱਦਾਂ ਹੁਣ ਸਾਡਾ ਇੰਡੀਅਨਸ ਦਾ ਕਲਚਰ ਆ ਕਿ ਪੇਰੈਂਟਸ ਆ ਜਿਹੜੇ ਮੁੰਡੇ ਕੋਲ ਹੀ ਰਹਿੰਦੇ ਨੇ ਤਾਂ ਇਸ ਤਰ੍ਹਾਂ ਦਾ ਇਹ ਚੀਜ਼ਾਂ ਆਪਾਂ ਨੂੰ ਪ੍ਰੂਵ ਕਰਨੀਆਂ ਪੈਣਗੀਆਂ ਕਿ ਉਹਨਾਂ ਦੀ ਸਿਹਤ ਹੁਣ ਦਿਨੋਂ ਦਿਨ ਖਰਾਬ ਹੋ ਰਹੀ ਹੈ ਉੱਥੇ ਉਹਨਾਂ ਦਾ ਕੋਈ ਲੁੱਕ ਆਫਟਰ ਕਰਨ ਵਾਲਾ ਨਹੀਂ ਹੈ ਤਾਂ ਇਸ ਤਰ੍ਹਾਂ ਦੇ ਇਹ ਐਪਲੀਕੇਸ਼ਨ ਲਾਣੀ ਪੈਗੀ ਦੂਸਰੀ ਇਹ ਹੈਗਾ ਕਿ ਜਦੋਂ ਇੱਥੇ ਵਿਜ਼ਟਰ ਵੀ ਪੇਰੈਂਟਸ ਆਉਂਦੇ ਆ ਇੱਥੋਂ ਤੁਸੀਂ ਸੈਟਲਮੈਂਟ ਦਾ ਵੀਜ਼ਾ ਵੀ ਲਾ ਸਕਦੇ ਆ ਪਰ ਪ੍ਰੋਬਲਮ ਉਹਦੇ ਚ ਇਹ ਪੈਂਦੀ ਹੈ ਕਿ ਜੇ ਓਵਰਸਟੇਅਰ ਹੋ ਜਾਂਦਾ ਹੈ ਉਹਨਾਂ ਨੂੰ ਵੀਜ਼ਾ ਨਹੀਂ ਮਿਲਦਾ ਤਾਂ ਫਿਰ ਜਿਹੜੇ ਐਨ ਐਚ ਐਸ ਦੇ ਬਿੱਲ ਆ ਉਹ ਆਉਣੇ ਸ਼ੁਰੂ ਹੋ ਜਾਂਦੇ ਤੁਹਾਡੇ ਘਰੇ and there quite loads and the nhs ਦਾ ਜਿਹੜਾ ਖਰਚਾ ਹੁੰਦਾ ਕਿਉਂਕਿ ਜਿਹੜੇ ਬਜ਼ੁਰਗ ਹੁੰਦੇ ਆ ਉਹਨਾਂ ਨੂੰ ਟ੍ਰੀਟਮੈਂਟ ਤਾਂ ਕਰਾਉਣਾ ਹੀ ਪੈਂਦਾ ਤਾਂ ਉਹ ਕਾਫੀ ਜ਼ਿਆਦਾ ਹੁੰਦਾ ਬਿੱਲ ਮਤਲਬ 4-4000 5-5000 ਪਾਉਂਡ ਦੇ ਬਿੱਲ ਆਉਂਦੇ ਜਦੋਂ ਉਦੋਂ ਫਿਰ ਇਨਸਾਨ ਕਈ ਵਾਰੀ ਰਿਗਰੈਟ ਕਰਦਾ ਮੈਂ ਇਹ ਡਿਸੀਜਨ ਕਿਉਂ ਲਿਆ ਉਹਨਾਂ ਨੂੰ ਉੱਥੋਂ ਵੀ ਘਰੋਂ ਬਾਹਰ ਪਟਿਆ ਉਹਨਾਂ ਦਾ ਤੇ ਇੱਥੇ ਆ ਕੇ ਵੀ ਉਹਨਾਂ ਦਾ ਕੰਮ ਨਾ ਬਣਿਆ ਹਾ ਹਾ ਮੀਚ ਦਾ ਚਾਂਸਿਸ ਕਿ ਅਪੀਲ ਦੇ ਵਿੱਚ ਉਹ ਦੁਬਾਰਾ ਮੰਨ ਜਾਣਗੇ ਐਮਬੈਸੀ ਵਾਲੇ ਕਿ ਲੈ ਜੋ ਆਪਣਾ ਫਾਦਰ অর ਮਦਰ ਅੰਬੈਸੀ ਵਾਲੇ ਨਹੀਂ ਕੀ ਮੰਨਦੇ ਹੁੰਦੇ ਉਹ ਤਾਂ ਕੋਰਟ ਨੇ ਫਿਰ ਵੀਜ਼ਾ ਦੇਣਾ ਹੁੰਦਾ ਅੱਛਾ ਜੀ ਕੋਰਟ ਫਿਰ ਜਦੋਂ ਹੋਮ ਆਫਿਸ ਦੇ ਖਿਲਾਫ ਡਿਸੀਜਨ ਲੈਂਦੀ ਹੈ ਤਾਂ ਲੈਂਦੀ ਐਂਬੈਸੀ ਵਾਲੇ ਨਹੀਂ ਕਦੇ ਵੀ ਗਿਵ ਅਪ ਕਰਦੇ ਇਸ ਤਰ੍ਹਾਂ ਦੇ ਕੇਸਸ ਦੇ ਵਿੱਚ ਠੀਕ ਹੈ ਸੋ ਇਟ ਵਿਲ ਬੀ ਲੌਂਗ ਪ੍ਰੋਸੈਸ ਇਟ ਇਜ਼ ਲੌਂਗ ਪ੍ਰੋਸੈਸ 8-10 ਕ ਟੂ ਕ ਟ ਇੱਕ ਸਾਲ ਲੱਗ ਜਾਂਦਾ ਜੇ ਕੋਰਟ ਦੇ ਵਿੱਚ ਜਾਂਦੀ ਐਪਲੀਕੇਸ਼ਨ ਠੀਕ ਹੈ ਜੀ ਥੈਂਕ ਯੂ ਐਵਰੀਥਿੰਗ ਸੋ ਮਚ ਇਨਲੀ ਆਰ ਡੋਮੈਸਟਿਕ ਵਾਇਲੈਂਸ ਦੇ ਬਾਰੇ ਅਸੀਂ ਪਹਿਲੇ ਵੀ ਗੱਲ ਕਰ ਚੁੱਕੇ ਹਾਂ ਪਰ ਇਟਸ ਅ ਡਿਫਰੈਂਟ ਕੁਐਸਚਨ ਟੁਡੇ ਡੋਮੈਸਟਿਕ ਵਾਇਲੈਂਸ ਦੇ ਵਿੱਚ ਦਾ ਜਿਹੜਾ ਕੁਐਸਚਨ ਹੈ ਉਹ ਨੂੰ ਅਸੀਂ ਇਮੀਗ੍ਰੇਸ਼ਨ ਦਾ ਕੁਐਸਚਨ ਕਵਾਂਗੇ ਜਾਂ ਫਿਰ ਫੈਮਿਲੀ ਲਾਅ ਦਾ ਕੁਐਸਚਨ ਹੈ ਇਟਸ ਅ ਬਿਟ ਆਫ ਬੋਥ ਜਦੋਂ ਆਪਾਂ ਕਹਿੰਦੇ ਆ ਕਿ ਫੈਮਿਲੀ ਲਾਅ ਦਾ ਆ ਫੈਮਿਲੀ ਲਾਅ ਦੇ ਵਿੱਚ ਇਹ ਹੁੰਦਾ ਕਿ ਜੇ ਤੁਸੀਂ ਕੋਟ ਮਾਰ ਤੁਹਾਡੇ ਨਾਲ ਹੋ ਰਹੀ ਆ ਜਾਂ ਤੁਹਾਨੂੰ ਹਰਾਸ ਕੀਤਾ ਜਾ ਰਿਹਾ ਤਾਂ ਤੁਸੀਂ ਡੋਮੈਸਟਿਕ ਵਾਇਲੈਂਸ ਦੇ ਬੇਸ ਤੇ ਡਿਵੋਰਸ ਵੀ ਅਪਲਾਈ ਕਰ ਸਕਦੇ ਹੋ ਇੱਕ ਹੋਰ ਆਰਡਰ ਹੁੰਦਾ ਨੌਨ ਮਾਲਿਸਟੇਸ਼ਨ ਆਰਡਰ ਹੁੰਦਾ ਉਹ ਵੀ ਤੁਸੀਂ ਅਪਲਾਈ ਕਰਦੇ ਉਹਦੀ ਕੀ ਹੁੰਦਾ ਨੌਨ ਮਾਲਿਸਟੇਸ਼ਨ ਆਰਡਰ ਹੁੰਦਾ ਕਿ ਜੇ ਉਸ ਇਨਸਾਨ ਤੋਂ ਤੁਹਾਡੀ ਜਾਨ ਨੂੰ ਖਤਰਾ ਆਇਆ ਜਾਓ ਤੁਹਾਡੇ ਘਰ ਦੇ ਨੇੜੇ ਨਾਲ 1.5 ਕਿਲੋਮੀਟਰ ਤੱਕ ਤੁਸੀਂ ਇੱਕ ਤਰ੍ਹਾਂ ਦਾ ਪ੍ਰੋਟੈਕਸ਼ਨ ਆਰਡਰ ਲੈ ਲੈਣੇ ਕਿਸੇ ਤੋਂ ਜੀ ਕਿਸੇ ਵੀ ਫੈਮਿਲੀ ਮੈਂਬਰ ਤੋਂ ਉਹਨੂੰ ਨਾਨ ਮੋਲੇਸਟੇਸ਼ਨ ਆਰਡਰ ਕਿਹਾ ਜਾਂਦਾ ਹੈ ਕਿ ਕੋਈ ਵੀ ਆ ਕੇ ਤੁਹਾਨੂੰ ਹਰਾਸ ਨਾ ਕਰੇ ਨਾ ਕਰੇ ਠੀਕ ਹੈ ਤਾਂ ਉਸ ਉਸ ਆਰਡਰ ਨੂੰ ਆਪਾਂ ਨਾਨ ਮੋਲੇਸਟੇਸ਼ਨ ਆਰਡਰ ਕਿਹਾ ਜਾਂਦਾ ਹੈ ਤਾਂ ਇਹ ਫੈਮਿਲੀ ਲੋਅ ਦੇ ਵਿੱਚ ਵੀ ਹੁੰਦਾ ਆ ਬਾਕੀ ਇੱਕ ਓਕਿਊਪੇਸ਼ਨਲ ਆਰਡਰ ਹੁੰਦਾ ਆ ਉਹ ਵੀ ਓਕਿਊਪੇਸ਼ਨਲ ਆਰਡਰ ਦਾ ਮਤਲਬ ਹੁੰਦਾ ਕਿ ਜੇ ਤੁਸੀਂ ਦੋ ਜਣੇ ਘਰ ਚ ਰਹਿ ਰਹੇ ਹੋ ਤੁਹਾਡੀ ਲੜਾਈ ਹੋ ਗਈ ਦੂਸਰੇ ਦੇ ਖਿਲਾਫ ਤੁਸੀਂ ਆਕੂਪੇਸ਼ਨਲ ਆਰਡਰ ਲੈ ਲਿਆ ਤਾਂ ਇਹਦਾ ਮਤਲਬ ਤੁਸੀਂ ਘਰ ਨੂੰ ਆਕੂਪਾਈਡ ਕਰਦੇ ਆ ਟਾ ਮੋਮੈਂਟ ਤੁਹਾਡੇ ਤੁਸੀਂ ਰਹਿ ਸਕਦੇ ਦੂਸਰੀ ਪਾਰਟੀ ਇੱਥੇ ਨਹੀਂ ਰਹਿ ਸਕਦੀ ਕਿਉਂਕਿ ਤੁਸੀਂ ਉਹਨਾਂ ਦੇ ਖਿਲਾਫ ਨਾਨ ਮਾਲਿਸਟੇਸ਼ਨ ਆਰਡਰ ਲੈ ਆ ਉਹ ਘਰ ਦੇ ਨੇੜੇ ਨਹੀਂ ਆ ਸਕਦੇ ਤੁਹਾਨੂੰ ਮੈਸੇਜ ਨਹੀਂ ਕਰ ਸਕਦੇ ਤੁਹਾਨੂੰ ਫੋਨ ਨਹੀਂ ਕਰ ਸਕਦੇ ਜੀ ਕਿਉਂਕਿ ਉਹਨਾਂ ਤੋਂ ਤੁਹਾਨੂੰ ਪ੍ਰੋਟੈਕਸ਼ਨ ਮਿਲੀ ਹੈ ਕੋਰਟ ਤੋਂ ਯੈਸ ਤਾਂ ਇਸ ਤਰ੍ਹਾਂ ਜੇ ਉਹ ਆਉਂਦੇ ਆ ਤੁਹਾਡੇ ਘਰ ਦੇ ਨੇੜੇ ਜਾਂ ਕਿਸੇ ਵੀ ਤਰ੍ਹਾਂ ਦਾ ਤੁਹਾਡੇ ਨਾਲ ਕੰਟੈਕਟ ਕਰਦੇ ਆ ਤਾਂ ਪੁਲਿਸ ਕੋਲ ਰਾਈਟ ਹੁੰਦਾ ਉਹਨਾਂ ਨੂੰ ਅਰੈਸਟ ਕਰਨ ਦਾ ਠੀਕ ਹੈ अच्छा जी जबो इलीगल पीपल मैरी ब्रिटिश सिटीजंस जी या फिर ब्रिटिश सिटीजन <coughs> ने इलीगल पर्सन ਨਾਲ ਵਿਆਹ ਕੀਤਾ ਜਿਹਦੇ ਪੈਰੇ ਤੇ ਪੱਕੇ ਨਹੀਂ ਹੈ ਜਾਂ ਫਿਰ ਇਲੀਗਲ ਪਰਸਨ ਨੇ ਯੂਰਪੀਅਨ ਨੈਸ਼ਨਲ ਨਾਲ ਵਿਆਹ ਕੀਤਾ ਤੇ ਫਿਰ ਉਹਦਾ ਕੀ ਪ੍ਰੋਸੈਸ ਹੈ ਅਰ ਕੀ ਤੁਸੀਂ ਉਹ ਕੇਸ ਹੈਂਡਲ ਕਰਦੇ ਹੋ ਜੀ ਬਿਲਕੁਲ ਕਰਦੇ ਆ ਵੇਖੀ ਆ ਆਪਾਂ ਇਹਦਾ ਕਰਦੇ ਆ ਇਹਦੇ ਦੋ ਡਿਫਰੈਂਟ ਕੈਟੇਗਰੀਜ਼ ਬਣਾ ਲੈਨੇ ਪਹਿਲਾਂ ਆਪਾਂ ਸਿਰਫ ਗੱਲ ਕਰਦੇ ਆ ਯੂਰਪੀਅਨ ਨੈਸ਼ਨਲਸ ਦੀ ਤਾਂ ਫਿਰ ਆਪਾਂ ਗੱਲ ਕਰਾਂਗੇ ਬ੍ਰਿਟਿਸ਼ ਨੈਸ਼ਨਲ ਦੀ ਜੀ ਤੁਸੀਂ ਜੇ ਯੂਰੋਪੀਅਨ ਨੈਸ਼ਨਲ ਹੋ ਤਾਂ ਤੁਸੀਂ ਇੱਕ ਓਵਰਸਟੇਅਰ ਇਨਸਾਨ ਨਾਲ ਵਿਆਹ ਕੀਤਾ ਜਿਨ੍ਹਾਂ ਕੋਲ ਕੋਈ ਵੀ ਵੀਜ਼ਾ ਨਹੀਂ ਹੈਗਾ ਪਹਿਲਾਂ ਆਪਾਂ ਉਹਦਾ ਪ੍ਰੋਸੀਜਰ ਦੱਸਦੇ ਹਾਂ ਸਭ ਤੋਂ ਪਹਿਲਾਂ ਤਾਂ ਜਿਹੜੇ ਤੁਸੀਂ ਓਵਰਸਟੇਅਰ ਆ ਤੁਹਾਡੇ ਕੋਲੇ ਵੈਲਿਡ ਪਾਸਪੋਰਟ ਹੋਣਾ ਬਹੁਤ ਜ਼ਰੂਰੀ ਹੈ ਜਿਹੜਾ ਬੰਦਾ ਓਵਰਸਟੇਅਰ ਹੁੰਦਾ ਨਾ ਜਿਹੜਾ ਜਿਹੜੇ ਜਿਹੜੇ ਲੋਕੀ ਲੌਂਗ ਟਰਮ ਤੋਂ ਓਵਰਸਟੇਅਰ ਹੋ ਕੇ ਇਲੀਗਲੀ ਯੂਕੇ ਦੇ ਵਿੱਚ ਬਿਨਾ ਵੀਜ਼ੇ ਤੋਂ ਰਹਿ ਰਹੇ ਆ most likely ਇਹ ਹੁੰਦਾ ਕਿ ਉਹਨਾਂ ਕੋਲੇ ਪਾਸਪੋਰਟ ਵੈਲਿਡ ਨਹੀਂ ਹੁੰਦਾ ਜੇ 에어ਪੋਰਟ ਦੇ थ्रू ਬੰਦੇ ਨਹੀਂ ਆਏ ਦੇਖੀਏ ਵਾਕਿੰਗ ਡਸਨ ਮੈਟਰ ਹਾਉ ਦੇ ਕੇਮ ਪਰ ਐਟ ਵਨ ਸਟੇਜ 99% ਆਫ देम ਉਹਨਾਂ ਕੋਲੇ ਪਾਸਪੋਰਟ ਹੁੰਦਾ ਹੈ ਰਾਈਟ ਠੀਕ ਹੈ ਜੇ ਤੁਹਾਡੇ ਕੋਲੇ ਪਾਸਪੋਰਟ ਪੁਰਾਣਾ ਸੀ ਐਕਸਪਾਇਰ ਹੋ ਗਿਆ ਜਾਂ 에ਜੰਟ ਨੇ ਰੱਖ ਲਿਆ ਜਾਂ ਤੁਸੀਂ ਸੁੱਟ ਤਾਂ ਡਰ ਦੇ ਮਾਰੇ ਕਿ ਇਮੀਗ੍ਰੇਸ਼ਨ ਫੜਨ ਨਾਲ ਤਾਂ ਜਾਂ ਤੁਹਾਡਾ ਗਮ ਹੋ ਗਿਆ ਕਿਉਂਕਿ ਜਿਹੜੇ ਲੀਗਲ ਹੁੰਦੇ ਆ ਬੰਦੇ ਵਿਚਾਰੇ ਕਈ ਤਰ੍ਹਾਂ ਤੇ ਜਗ੍ਹਾ ਬਦਲਦੇ ਆ ਘਰ ਬਦਲ ਬਦਲ ਕੇ ਰਹਿੰਦੇ ਆ ਨਾ ਤਾਂ ਇਸ ਕਰਕੇ ਉਹ ਵੀ ਗੁੰਮ ਵੀ ਹੋ ਸਕਦਾ ਕੁਝ ਵੀ ਹੋ ਸਕਦਾ ਤਾਂ ਡਰ ਦੇ ਮਾਰੇ ਕਈ ਵਾਰੀ ਸੁੱਟ ਵੀ ਦਿੰਦੇ ਆ ਚੋਰੀ ਵੀ ਹੋ ਸਕਦਾ ਸੋ ਤੁਹਾਡੇ ਕੋਲੇ ਬਹੁਤ ਰੇਅਰ ਚਾਂਸ ਹੋਣਗੇ ਕਿ ਵੈਲਿਡ ਪਾਸਪੋਰਟ ਹੋ ਗਿਆ ਸੋ ਤੁਸੀਂ ਪਹਿਲਾਂ ਤਾਂ ਆਪਣਾ ਵੈਲਿਡ ਪਾਸਪੋਰਟ ਲਓ ਜਿਹੜਾ ਪਾਸਪੋਰਟ ਹੈਗਾ ਆ ਉਹ ਤੁਹਾਨੂੰ ਮਿਲ ਜਾਏਗਾ ਮੈਰਿਜ ਦੇ ਬੇਸ ਤੇ ਕਿ ਅਸੀਂ ਮੈਰਿਜ ਕਰਨੀ ਹੈ ਯੂਰੋਪੀਅਨ ਨੈਸ਼ਨਲ ਨਾਲ ਜਾਂ ਬ੍ਰਿਟਿਸ਼ ਨੈਸ਼ਨਲ ਜਿਹੜਾ ਪਹਿਲਾਂ ਕੰਮ ਹੈ ਤਾਂ ਅਸੀਂ ਆਪਣਾ ਪਾਸਪੋਰਟ ਕਰੋ ਫਿਰ ਤੁਸੀਂ ਪ੍ਰੂਫ ਆਫ ਅਡਰੈਸ ਇਕੱਠੇ ਰਹਿਣ ਦਾ ਜਰੂਰ ਬਣਾਓ ਜੀ ਕਿ ਤੁਸੀਂ ਆਪਣੇ ਸਪਾਊਸ ਦੇ ਨਾਲ ਯੂਰੋਪੀਅਨ ਸਪਾਊਸ ਜਾਂ ਬ੍ਰਿਟਿਸ਼ ਸਪਾਊਸ ਦੇ ਨਾਲ ਇਕੱਠੇ ਰਹਿੰਦੇ ਹੋ ਕਈ ਲੋਕ ਇਹ ਹੈਗਾ ਕਿ ਇੰਡੀਅਨ ਮੈਰਿਜ ਕਰ ਲੈਂਦੇ ਆ ਇਕੱਠੇ ਰਹਿ ਰਹੇ ਹੁੰਦੇ ਆ ਪਰ ਉਹਨਾਂ ਕੋਲੇ ਕੋਈ ਪ੍ਰੂਫ ਨਹੀਂ ਹੁੰਦਾ ਅਡਰੈਸ ਦਾ ਰਾਈਟ ਠੀਕ ਹੈ ਨਾ ਜਿਹੜਾ ਅਡਰੈਸ ਦਾ ਪ੍ਰੂਫ ਹੈ ਜੇ ਉਹ ਨਹੀਂ ਹੈਗਾ ਤੁਹਾਡੇ ਕੋਲੇ ਤਾਂ ਫਿਰ ਤੁਹਾਡੀ ਮੈਰਿਜ ਕਾਨੂੰਨ ਦੀ ਨਿਗਾਹ 'ਚ ਜੈਨੂਇਨ ਨਹੀਂ ਹੈਗੀ ਮਤਲਬ ਤੁਸੀਂ ਨਹੀਂ ਪ੍ਰੂਫ ਕਰ ਸਕਦੇ ਕਿ ਤੁਸੀਂ ਇਕੱਠੇ ਰਹਿੰਦੇ ਹੋ ਤਾਂ ਵੈਲਿਡ ਪਾਸਪੋਰਟ ਸੈਕੰਡਲੀ ਪ੍ਰੂਫ ਆਫ ਅਡਰੈਸ ਇਕੱਠੇ ਰੱਖਣ ਦਾ ਤੁਸੀਂ ਬਣਾਓ ਥਰਡਲੀ ਤੁਸੀਂ ਆਨਲਾਈਨ ਐਪਲੀਕੇਸ਼ਨ ਲਾਓ ਪ੍ਰੀ ਸੈਟਲ ਸਟੇਟਸ ਦੀ ਤੇ BRP ਕਾਰਡ ਦੀ ਉਹ ਜਦੋਂ ਆਨਲਾਈਨ ਐਪਲੀਕੇਸ਼ਨ ਲੱਗ ਜਾਂਦੀ ਹੈ ਉਸ ਤੋਂ ਬਾਅਦ ਤੁਸੀਂ ਰਜਿਸਟਰਾਰ ਨੂੰ ਕੰਟੈਕਟ ਕਰੋ ਮੈਰਿਜ ਕਰਾਉਣ ਵਾਸਤੇ ਠੀਕ ਹੈ ਅੱਛਾ ਜਿਹੜਾ ਪਾਸਪੋਰਟ ਆਪਾਂ ਨੂੰ ਇਸ ਲਈ ਚਾਹੀਦਾ ਜਦੋਂ ਆਪਾਂ ਰਜਿਸਟਰਾਰ ਕੋਲ ਜਾਣਾ ਹੈ ਉਹਨਾਂ ਨੇ ਆਈਡੀ ਮੰਗਣੀ ਹੈ ਤਾਂ ਉਹ ਪਾਸਪੋਰਟ ਤੁਹਾਡਾ ਉੱਥੇ ਵੀ ਕੰਮ ਆਏਗਾ ਠੀਕ ਸੈਕੰਡਲੀ ਜਿਹੜੀ ਆਨਲਾਈਨ ਐਪਲੀਕੇਸ਼ਨ ਆ ਵੈਲਿਡ ਪਾਸਪੋਰਟ ਤੋਂ ਬਗੈਰ ਆਪਾਂ ਉਹ ਵੀ ਨਹੀਂ ਲਗਾ ਸਕਦੇ ਜੀ ਸੋ ਇਹ ਸਾਰੀਆਂ ਚੀਜ਼ਾਂ ਇੱਕ ਦੂਸਰੇ ਨਾਲ ਕਨੈਕਟਡ ਹੈ ਤਾਂ ਫਿਰ 70 ਡੇਜ਼ ਦੇ ਵਿੱਚ ਜਿਹੜੇ ਰਜਿਸਟਰਰ ਆ ਉਹਨਾਂ ਨੇ ਮੈਰਿਜ ਦੀ ਜਿਹੜੀ ਇਨਵੈਸਟੀਗੇਸ਼ਨ ਕਰਨੀ ਆ ਹਾਂਜੀ ਹੋਮ ਆਫਿਸ ਨੂੰ ਕੰਟੈਕਟ ਕਰਨਾ ਹੋਮ ਆਫਿਸ ਨੇ ਜੇ ਮੈਰਿਜ ਰਜਿਸਟਰ ਕਰਨੀ ਆ ਜਾਂ ਨਹੀਂ ਕਰਨੀ ਉਹ ਤੁਹਾਨੂੰ ਦੱਸਣਾ ਵੀdਿਨ 17 ਡੇਜ਼ ਠੀਕ ਤਾਂ ਉਸ ਤੋਂ ਬਾਅਦ ਉਹਨਾਂ ਨੇ ਤੁਹਾਨੂੰ ਮੈਰਿਜ ਕਰਨ ਦੀ ਪਰਮਿਸ਼ਨ ਦੇਣੀ ਆ ਜਦੋਂ ਤੁਹਾਡੀ ਮੈਰਿਜ ਹੋ ਜਾਂਦੀ ਹੈ ਇਹਦਾ ਮਤਲਬ ਹੈ ਹੋਮ ਆਫਿਸ ਵਾਲਾ ਨੇ ਮੰਨ ਲੈ ਕੇ ਤੁਹਾਡੀ ਰਿਲੇਸ਼ਨਸ਼ਿਪ ਜੈਨੂਇਨ ਹੈ ਜੀ ਠੀਕ ਹੈ ਠੀਕ ਹੈ ਤਾਂ ਤੁਸੀਂ ਉਸ ਤੋਂ ਬਾਅਦ ਜਿਹੜੀ ਤੁਹਾਡੀ ਐਪਲੀਕੇਸ਼ਨ ਆ ਐਜ਼ ਅ ਫੈਮਿਲੀ ਮੈਂਬਰ ਆਫ ਯੂਰੋਪੀਅਨ ਨੈਸ਼ਨਲ ਤੁਹਾਨੂੰ 5 ਸਾਲ ਦਾ ਵੀਜ਼ਾ ਜਿਹੜਾ ਉਹ ਮਿਲ ਜਾਂਦਾ ਤੇ ਪ੍ਰੀ ਸੈਟਲ ਸਟੇਟਸ ਮਿਲ ਜਾਂਦਾ ਕੰਗ੍ਰੈਚੁਲੇਸ਼ਨਸ ਆਪਕੇ ਸਾਹਮਣੇ ਦੇਵੀ ਬੈਠੀ ਹੈ इनकी ਬਾਤਿਮਾਨੇ ਤੋਂ ਬਿਲਕੁਲ ਪੱਕੇ ਹੋ ਜਾਣਗੇ 100% ਅਚਾਹ ਇਹ ਦਿਸ ਇਜ਼ ਇਹ ਹੈਗਾ ਪ੍ਰੋਸੀਜਰ ਜਿਹੜੇ ਯੂਰੋਪੀਅਨ ਨੈਸ਼ਨਲ ਨਾਲ ਇਲੀਗਲ ਇਨਸਾਨ ਨੇ ਵਿਆਹ ਕੀਤਾ ਹੁੰਦਾ। ਤਾਂ ਨੈਕਸਟ ਵਨ ਹੈਗਾ ਜਿਹੜਾ ਬ੍ਰਿਟਿਸ਼ ਨੈਸ਼ਨਲ ਦੇ ਨਾਲ ਇਲੈਗਲ ਬੰਦਾ ਵਿਆਹ ਕਰਨਾ। ਪ੍ਰੋਸੀਜਰ ਉਹਦੇ ਲਈ ਇਹੀ ਆ ਕਿ ਤੁਸੀਂ ਆਪਣਾ ਪਾਸਪੋਰਟ ਬਣਾਓ। ਫਿਰ ਆਨਲਾਈਨ ਅਪਲੀਕੇਸ਼ਨ ਲਾਓ। ਫਿਰ ਰਜਿਸਟਰਾਰ ਨੂੰ ਕੰਟੈਕਟ ਕਰੋ। ਪਰ ਪ੍ਰੂਫ ਆਫ ਅਡਰੈਸ ਬਹੁਤ ਜ਼ਿਆਦਾ ਜ਼ਰੂਰੀ ਆ ਤੁਹਾਡੇ ਕੇਸ ਦੇ ਵਿੱਚ। ਉਸ ਤੋਂ ਬਾਅਦ ਜਿਹੜੀਆਂ ਰਿਕੁਆਇਰਮੈਂਟਸ ਹੈਗੀਆਂ ਐਂਟਰੀ ਕਲੀਅਰੈਂਸ ਦੀਆਂ ਕਿ ਇੰਗਲਿਸ਼ ਦਾ ਟੈਸਟ ਤੁਸੀਂ ਪਾਸ ਕੀਤਾ ਹੋਵੇ A1 ਉਹ ਵੀ ਨਹੀਂ ਹੋਣਾ ਉਹਨਾਂ ਚਿਰ ਜਿੰਨਾ ਚਿਰ ਤੁਹਾਡੇ ਕੋਲ ਵੈਲਿਡ ਪਾਸਪੋਰਟ ਨਾ ਹੋਵੇ ਤਾਂ A1 ਸਰਟੀਫਿਕੇਟ ਹੋਣਾ ਚਾਹੀਦਾ ਵੈਲਿਡ ਪਾਸਪੋਰਟ ਹੋਣਾ ਚਾਹੀਦਾ ਜੈਨੂਇਨ ਰਿਲੇਸ਼ਨਸ਼ਿਪ ਦਾ ਪ੍ਰੂਫ ਹੋਣਾ ਚਾਹੀਦਾ ਤੁਹਾਡੇ ਕੋਲੇ ਮੈਰਿਜ ਸਰਟੀਫਿਕੇਟ ਹੋਣਾ ਚਾਹੀਦਾ ਉਸ ਤੋਂ ਬਾਅਦ ਤੁਹਾਡਾ ਜਿਹੜਾ ਬ੍ਰਿਟਿਸ਼ ਸਪਾਊਸ ਆ ਜਾਂ ਪੱਕਾ ਬੰਦਾ ਜਿਹੜਾ ਜਿਹਦੇ ਨਾਲ ਤੁਸੀਂ ਵਿਆਹ ਕੀਤਾ ਆ ਉਹਦੀ ਇਨਕਮ 18600 ਜਾਂ ਉਸ ਤੋਂ ਜ਼ਿਆਦਾ ਹੋਣੀ ਚਾਹੀਦੀ ਸਾਲ ਦੀ ਆਹ ਔਖਾ ਕੰਮ ਹੈ ਦੱਸੋ ਨਹੀਂ ਹਾਂਜੀ ਤਾਂ ਉਸ ਤੋਂ 18000 ਸਾਰੀਆਂ ਜਿਹੜੀਆਂ ਰਿਕੁਆਇਰਮੈਂਟ ਤੁਸੀਂ ਪੂਰੇ ਕਰਦੇ ਆ ਫੇਰ ਤੁਹਾਨੂੰ ਚਾਂਸ ਆ ਕਿ ਹੋਮ ਆਫਿਸ ਵੀਜ਼ਾ ਦੇਵੇਗਾ ਪਰ ਇਹੀ ਡਿਫਰੈਂਸ ਆ ਜੇ ਤੁਸੀਂ ਬ੍ਰਿਟਿਸ਼ ਆ ਤਾਂ ਤੁਹਾਨੂੰ ਇਹ ਰਿਕੁਆਇਰਮੈਂਟਸ ਪੂਰੀਆਂ ਕਰਨੀਆਂ ਪੈਂਦੀਆਂ ਦੇ ਤੁਸੀਂ ਯੂਰੋਪੀਅਨ ਆ ਤਾਂ ਸਿਰਫ ਤੁਸੀਂ ਇਹ ਦਿਖਾਣਾ ਹੈ ਕਿ ਤੁਹਾਡੀ ਰਿਲੇਸ਼ਨਸ਼ਿਪ ਜੈਨੂਇਨ ਆ ਤੇ ਤੁਹਾਡੇ ਕੋਲੇ ਵੈਲਿਡ ਪਾਸਪੋਰਟ ਨੀਤਾ ਨੂੰਰਾਦਾ ਜੀ ਨੀਤਾ ਨੂੰਰਾਦਾ ਤੁਸੀਂ ਵਕੀਲ ਦਰਜੀਤ ਜੀ ਦੇ ਨਾਲ ਅੱਜ ਦਾ ਪ੍ਰੋਗਰਾਮ ਦੇਖ ਰਹੇ ਹੋ इस वेले टी वी देख रहे हो स्काई चैनल सैवन सिक्स नाइन और स्काई चैनल सैवन सिक्स नाइन पर डैलसन सिलिस्टर का प्रोग्राम चल रहा है हर हफ्ते सिर्फ इस करके प्रोग्राम प्रोग्रामी सेवाच जाता है तक कोई ना कोई फायदा हो एंटरटेनमेंट वास्ते प्रोग्राम नहीं है इस करके प्रोग्राम प्रोग्रामी फेसबुक पर भी देखते हो और जो संघ टेलीविजन है वह तो ऑफ कोर्स देखते ही हो इंटरनेट पर भी देखते हो यूट्यूब भी देखते हो जो फेसबुक पर देखो या यूट्यूब तो देखो तो इस प्रोग्राम जरूर शेयर करो ताकि भी किन वाले बहुत ਸਾਰੇ ਲੋਕ ਜਿਹੜੇ ਆਣਦੇ ਹੋਣਗੇ ਜਿਨ੍ਹਾਂ ਨੂੰ ਕਿ ਕਾਨੂੰਨ ਕੀ ਰਾਏ ਕੀ ਮਦਦ ਹੈ ਵੇਖੀ ਇੱਕ ਗੱਲ ਮੈਨੂੰ ਯਾਦ ਆ ਗਈ ਮੈਨੂੰ ਨਾ ਕਾਫੀ ਮੈਸੇਜ ਆਉਂਦੇ ਆਂ ਇੰਡੀਆ ਤੋਂ ਫੇਸਬੁੱਕ ਤੇ ਵੀ ਤੇ ਵਟਸਐਪ ਤੇ ਵੀ ਜਿਹੜੇ ਲੋਕੀ ਮੈਡੀਕਲ ਕੁਆਲੀਫਾਈਡ ਹੈ ਜਿਨ੍ਹਾਂ ਕੋਲੇ ਨਰਸਸ ਜਿਹੜੀਆਂ ਇੰਡੀਆ ਤੋਂ ਹੈਗੀਆਂ ਜਾਂ ਉਹਨਾਂ ਕੋਲ ਕੋਈ ਵੀ ਮੈਡੀਕਲ ਐਕਸਪੀਰੀਅੰਸ ਹੈਗਾ ਹਸਪੀਟਲ ਚ ਕੰਮ ਕੀਤਾ ਪੈਰਾਮੈਡਿਕ ਸਟਾਫ ਹੈ ਨਰਸਸ ਹੈਗੀਆਂ ਜਿਹੜੇ ਇੰਡੀਆ ਦੇ ਵਿੱਚ ਕੁਆਲੀਫਾਈਡ ਹੈ ਤੇ ਉਹ ਯੂਕੇ ਆਉਣਾ ਚਾਹੁੰਦੇ ਆ ਉਹ ਪੁੱਛਦੇ ਆ ਵਾਰ-ਵਾਰ ਕਿ ਪਰਸੀਜਰ ਕੀ ਜੇ ਅਸੀਂ ਯੂਕੇ ਆਉਣਾ ਹੈ ਜੀ ਤਾਂ ਮੈਂ ਉਹਨਾਂ ਨੂੰ ਆਪਣੇ ਦਰਸ਼ਕਾਂ ਨੂੰ ਦੱਸਦਾ ਵੀ ਜੇ ਜੇ ਤੁਹਾਡਾ ਕੋਈ ਵੀ ਰਿਸ਼ਤੇਦਾਰ ਕੋਈ ਵੀ ਜਾਣਨ ਵਾਲਾ ਯੂਕੇ ਆਉਣਾ ਚਾਹੁੰਦਾ ਆ ਉਹਨਾਂ ਕੋਲੇ ਨਰਸਿੰਗ ਦੀ ਕੁਆਲੀਫਿਕੇਸ਼ਨ ਆ ਤਾਂ ਤੁਸੀਂ ਐਨਐਚਐਸ ਦੇ ਥਰੂ ਜੌਬ ਲੱਭੋ ਐਨਐਚਐਸ ਦੀ ਜਿਹੜੀ ਜੌਬ ਸਰਚ ਆ ਉੱਥੇ ਜਾਓ ਉਹਨਾਂ ਨੂੰ ਆਪਣੀ ਸੀਵੀ ਵਗੈਰਾ ਭੇਜੋ ਉਹਨਾਂ ਨੂੰ ਸੀਵੀ ਦਾ ਮਤਲਬ ਆਪਣਾ ਬਾਇਓ ਡਾਟਾ ਆਪਣੀ ਕੁਆਲੀਫਿਕੇਸ਼ਨ ਐਕਸਪੀਰੀਅੰਸ ਸਾਰਾ ਕੁਝ ਤੁਸੀਂ ਉਹਨਾਂ ਨੂੰ ਪੋਸਟ ਕਰੋ ਈਮੇਲ ਕਰੋ ਤੇ ਉਹਨਾਂ ਨੂੰ ਕਹੋ ਕਿ ਤੁਸੀਂ ਇੱਥੇ ਜੌਬ ਲੱਭਦੇ ਆਂ ਫਿਰ ਜੇ ਤੁਹਾਨੂੰ ਨੈਸ਼ਨਲ ਹੈਲਥ ਸਰਵਿਸ ਵੱਲੋਂ ਸਪਾਂਸਰਸ਼ਿਪ ਮਿਲ ਜਾਂਦੀ ਹੈ ਤਾਂ ਤੁਸੀਂ ਯੂਕੇ ਦੇ ਵਿੱਚ ਬੜੀ ਈਜ਼ੀਲੀ ਆ ਸਕਦੇ ਹੋ ਬਗੈਰ ਕੋਈ ਪੈਸਾ ਖਰਚੇ ਤੋਂ ਠੀਕ ਹੈ ਤਾਂ ਇਸ ਤਰ੍ਹਾਂ ਦੇ ਜਿਹੜੇ ਇਸ ਤਰ੍ਹਾਂ ਦਾ ਚਾਂਸ ਜੇ ਤੁਹਾਨੂੰ ਕੋਈ ਮਿਲਦਾ ਆ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਜੌਬ ਮਿਲਦੀ ਹੈ ਯੂਕੇ ਦੇ ਵਿੱਚ ਏਜੰਟਾਂ ਦੇ ਵਿੱਚ ਲੱਖ ਰੁਪਈਆ ਜਾਂ ਕਿੰ 10-10 ਲੱਖ ਲਾਉਣ ਦੀ ਜ਼ਰੂਰਤ ਨਹੀਂ ਹੁੰਦੀ ਤੁਹਾਨੂੰ ਵੀਜ਼ਾ ਬੜੇ ਈਜ਼ਲੀ ਮਿਲ ਜਾਣਾ ਤੁਸੀਂ ਆਪ ਵੀ ਆਨਲਾਈਨ ਐਪਲੀਕੇਸ਼ਨ ਕਰ ਸਕਦੇ ਅੱਛਾ ਜੀ ਐਂਡ ਬਾਟ ਫਿਰ दैट ਮੈਡੀਕਲ ਜੋ ਪ੍ਰੋਫੈਸ਼ਨ ਹੈ ਉਹਦੇ ਨਾਲ ਜੋ ਵੀ ਮਿਲਦੀ ਹੋਈ ਜੌਬ ਹੈ ਲਾਈਕ ਨਰਸਿਸ ਹੈ ਡੇਲੀ ਹੈਲਥ ਵਿਜ਼ਿਟਰਸ ਹੈ ਐਨ ਐਮਸ ਹੈ ਟ੍ਰੇਨ ਡਾਈਜ਼ ਹੈ ਡਾਕਟਰਸ ਹੈ ਡਾਕਟਰਸ ਹੈ ਆਫਕੋਰਸ ਸਰਜਨਸ ਗਾਇਨਕੋਲੋਜਿਸਟ एवरीवन ਤੁਸੀਂ ਐਨ ਐਚ ਐਸ ਦੀ ਵੈਬਸਾਈਟ ਤੇ ਚੈੱਕ ਕਰੋ ਜੋ ਵੀ ਜੌਬਸ ਤੁਹਾਨੂੰ ਲੱਗਦਾ ਤੁਸੀਂ ਕੁਆਲੀਫਾਈਡ ਆ ਤੁਸੀਂ ਅਪਲਾਈ ਕਰ ਲਓ ਹਾਂ ਜੀ ਉਹ ਜੇ ਤੁਹਾਨੂੰ ਹਾਲੇ ਵੀ ਕੋਈ ਕਨਫਿਊਜ਼ਨ ਹੈ ਤੇ ਵੀ ਲਾਗਰ ਤਾਂ ਸਿੰਪਲ 17 ਸਕੂਲ ਰੋਡ ਹਮ ਨਾ ਹਾਲ ਗ੍ਰੀਨ ਜਾ ਕੇ ਟੈਲੀਫੋਨ ਕਰ ਲੋ 9 ਵਜੇ ਤੋਂ ਲੈ ਕੇ 5 ਵਜੇ ਤੱਕ ਇਹ ਤੁਹਾਡੀ ਸੇਵਾ ਦੇ ਵਿੱਚ ਮੰਡੇ ਟੂ ਫਰਡੇ ਅਵੇਲੇਬਲ ਹੁੰਦੇ ਆ और शेयर करना बिल्कुल भी ना भूलना जिस तरह एक क्या गया है ये बावजूद तुम्हें एड्रेस तो पता लग गया लेकिन तुम टैलीफोन पर गल करना चाहते हो तो जी सद के टेलीफोन पर गल करो और वह टेलीफोन नंबर जो संगत टीवी की रिसैपन का नंबर है उतरे टेलीफोन करके अपना नाम और अपना टेलीफोन नंबर छड़ सकते हो और वकील साहब का यह वादा है सारे देखने वाले टेलीफोन नंबर छोड़ोगे तो टेलीफोन आएगा तो अपनी हर कॉल कॉलू जरूर अटेंड करना और अलावा स्क्रीन पर एक वट्सअप का नंबर भी आ रहा है उत्थे मैसेज भी छड़ सद और वो दे उसके टेलीफोन भी कर सकते हो एंड सैवनटीन स्कूल रोड तक जा ही सकते हो और सारे कन्फ्यूजना अपने दूर कर सकते हो वकील साहब हमने असं ब्रिटिश नैशनल की तो गल की लेकिन हम गल करते हैं कि क्या यूरोपीयन नैशनल्स भी इंडिया तो अपने पेरेंट्स इत तो बुला सुला yeah. सद कि उन्होंने हाँ केस डील कर दौ ਅਸੀਂ ਬਿਲਕੁਲ ਕਰਦੇ ਆ ਵੀ ਕਿ ਦੂਸਰੀ ਗੱਲ ਯੂਰੋਪੀਅਨ ਨੈਸ਼ਨਲਸ ਆਪਣੇ ਪੇਰੈਂਟਸ ਨੂੰ ਆਪਣੇ ਉਹ ਇਹ ਉਹਨਾਂ ਦੀ ਐਪਲੀਕੇਸ਼ਨਾਂ ਖੁੱਲ ਗਈਆਂ ਹਾਂਜੀ ਜੀ ਜੀ ਉਹਨਾਂ ਦੀ ਐਪਲੀਕੇਸ਼ਨਾਂ ਖੁੱਲ ਗਈਆਂ ਆ ਤੇ ਯੂਰੋਪੀਅਨ ਜਿਹੜੇ ਨੈਸ਼ਨਲ ਆ ਜੇ ਤੁਸੀਂ ਆਪਣੇ ਪੇਰੈਂਟਸ ਨੂੰ ਬੁਲਾਉਣਾ ਚਾਹੁੰਦੇ ਹੋ ਆਪਣੇ ਸਪਾਊਸ ਨੂੰ ਬੁਲਾਉਣਾ ਚਾਹੁੰਦੇ ਹੋ ਆਪਣੇ ਕਿਸੇ ਡਿਪੈਂਡੈਂਟ ਫੈਮਿਲੀ ਮੈਂਬਰ ਨੂੰ ਬੁਲਾਉਣਾ ਚਾਹੁੰਦੇ ਹੋ ਐਪਲੀਕੇਸ਼ਨਾਂ ਬਿਲਕੁਲ ਖੁੱਲ ਗਈਆਂ ਇੰਡੀਆ ਤੋਂ ਸਭ ਹੁਣ ਫਟਾਫਟ ਅਪਾਇੰਟਮੈਂਟਸ ਮਿਲ ਰਹੀਆਂ ਆ ਫਿੰਗਰਪ੍ਰਿੰਟਸ ਦੀਆਂ ਤੁਸੀਂ ਬੁਲਾ ਸਕਦੇ ਹੋ ਜੇ ਤੁਸੀਂ ਆਪਣੇ ਕਿਸੇ ਵੀ ਫੈਮਿਲੀ ਮੈਂਬਰ ਨੂੰ ਬੁਲਾਉਣਾ ਚਾਹੁੰਦੇ ਹੋ ਤਾਂ ਫਾਈਨੈਂਸ਼ੀਅਲ ਡਿਪੈਂਡੈਂਸੀ ਦਾ ਪ੍ਰੂਫ ਜੇ ਤੁਹਾਡੇ ਕੋਲ ਹੈਗਾ ਮਨੀ ट्रांजੈਕਸ਼ਨ ਰਸੀਟ ਜਿੱਨ ਜਦੋਂ ਤੁਸੀਂ ਉਹਨਾਂ ਨੂੰ ਪੈਸੇ ਭੇਜਦੇ ਰਹੇ ਇੱਕ ਤਾਂ ਉਹ ਸੰਭਾਲ ਕੇ ਰੱਖੋ ਦੂਸਰਾ ਜਿਹੜਾ ਹੈਗਾ ਆ ਤੁਸੀਂ ਇੱਥੇ ਕੰਮ ਕਰਦੇ ਹੋਣੇ ਚਾਹੀਦੇ ਓਕੇ ਤੁਹਾਡੀਆਂ 6 ਮਨਸ ਦੀ ਪੇ ਸਲਿਪਸ ਬੈਂਕ ਸਟੇਟਮੈਂਟ ਪੀ 60 ਤੇ ਜੋਬ ਲੈਟਰ ਜ਼ਰੂਰੀ ਹੈ ਪਲੱਸ ਤੁਹਾਡਾ ਪ੍ਰੂਫ ਆਫ ਰਿਲੇਸ਼ਨਸ਼ਿਪ ਬਹੁਤ ਜ਼ਰੂਰੀ ਹੈ ਜੇ ਤੁਸੀਂ ਆਪਣੇ ਪੇਰੈਂਟਸ ਨੂੰ ਬੁਲਾਉਣਾ ਚਾਹੁੰਦੇ ਹੋ ਤਾਂ ਆਪਣਾ ਬਰਥ ਸਰਟੀਫਿਕੇਟ ਇੰਗਲਿਸ਼ ਦੇ ਵਿੱਚ ਤੁਹਾਡੇ ਕੋਲ ਜ਼ਰੂਰ ਹੋਣਾ ਚਾਹੀਦਾ। ਰਾਈਟ ਹੁਣ ਕਈ ਸਾਡੇ ਕੋਲ ਰੀਸੈਂਟ ਕੇਸ ਆਏ ਆ ਸਾਡੇ ਦਰਸ਼ਕ ਉਹ ਕਲਾਇੰਟਸ ਆ ਉਹਨਾਂ ਦੇ ਜਿਹੜੇ ਬਰਥ ਸਰਟੀਫਿਕੇਟ ਆ ਉਹ ਇਟਾਲੀਅਨ ਦੇ ਵਿੱਚ ਆ ਪੁਰਤਗੀਜ਼ ਦੇ ਵਿੱਚ ਆ ਜਾਂ ਪੰਜਾਬੀ ਦੇ ਵਿੱਚ ਆ ਤਾਂ ਉਹਨਾਂ ਨੂੰ ਟਰਾਂਸਲੇਟ ਕਰਾਉਣ ਨੂੰ ਫਿਰ ਹਫ਼ਤਾ ਦੋ ਹਫ਼ਤੇ ਜਿਹੜੇ ਵੇਸਟ ਹੋ ਜਾਂਦੇ ਆ ਜਿਹੜਾ ਤੁਹਾਡਾ ਬਰਥ ਸਰਟੀਫਿਕੇਟ ਆ ਜਾਂ ਮੈਰਿਜ ਸਰਟੀਫਿਕੇਟ ਆ ਉਹ ਇੰਗਲਿਸ਼ ਦੇ ਵਿੱਚ ਟਰਾਂਸਲੇਟ ਹੋਇਆ ਹੋਣਾ ਚਾਹੀਦਾ। ਜੀ ਕਿਉਂਕਿ ਜਿਹੜੀ ਬ੍ਰਿਟਿਸ਼ ਐਮਬੈਸੀ ਇਨ ਇੰਡੀਆ ਜਾਂ ਕਿਸੇ ਵੀ ਕੰਟਰੀ ਦੇ ਵਿੱਚ ਇੰਗਲਿਸ਼ ਦੇ ਵਿੱਚ ਹੀ ਸਾਰੇ ਡਾਕੂਮੈਂਟਸ ਅਕਸੈਪਟ ਕਰਦੇ ਨੇ ਤਾਂ ਪ੍ਰੂਫ ਆਫ ਰਿਲੇਸ਼ਨਸ਼ਿਪ ਲਾ ਕੇ ਆਪਣੀ ਇਨਕਮ ਦਾ ਤੁਸੀਂ ਪ੍ਰੂਫ ਲਾਗਾ ਕੇ ਆਪਣੇ ਕਿਸੇ ਵੀ ਫੈਮਿਲੀ ਮੈਂਬਰ ਨੂੰ ਬੁਲਾ ਸਕਦੇ ਹੋ ਕਿਉਂਕਿ ਦਸੰਬਰ ਦੇ ਵਿੱਚ ਬ੍ਰੈਕਸਿਟ ਹੋਣ ਤੋਂ ਬਾਅਦ ਹਾਲਾਤ ਜਿਹੜੇ ਆ ਯੂਰੋਪੀਅਨ ਨੈਸ਼ਨਲਜ਼ ਲਈ ਬਿਲਕੁਲ ਬਦਲ ਜਾਣੇ ਆ ਸੋ ਜੇ ਤੁਹਾਡਾ ਕੋਈ ਪਲਾਨ ਹੈ ਆਪਣੇ ਪੇਰੈਂਟਸ ਨੂੰ ਬ੍ਰਦਰ ਸਿਸਟਰ ਨੂੰ ਆਪਣੀ ਫੈਮਿਲੀ ਨੂੰ ਮੰਗਵਾਉਣ ਲਈ ਤਾਂ ਹੁਣ ਦਿਸ ਇਜ਼ ਦ ਬੈਸਟ ਟਾਈਮ ਠੀਕ ਹੈ ਜੀ हूँ कुछ ऐसे क्वेश्चन पूछे वकील साहब तो विच विल बी वेरी ईजी और ऐसे सवालात जनरली लोग नहीं करते हैं पर इन्होंने क्वेश्चन का पूछने मतलब बिल्कुल ए नहीं है और डेलसन सिलिस्टर्स का बिल्कुल ए भी कोई आइडिया नहीं है कि अपने अपने पारस छोड़ छोड़ो या तीस तलाक ले लो गलत बन करके जिन्नी देर तक ठीक तरह रह सकते हैं उन्नी देर तक ठीक है और फिर चारों खाने जो नहीं गल बनती तो फिर मार पिटाई नाल रहने का कोई फायदा नहीं है वकील साहब वैसे तो इमिग्रेशन ਦਾ ਤੁਹਾਡਾ profession ਹੈ ਪਰ ਤੁਹਾਡੀ डिवੋਸ਼ਨ ਫੈਮਿਲੀ ਲਾ ਨਾਲ ਵੀ ਬਹੁਤ ਜ਼ਿਆਦਾ ਹੈ ਜੀ ਤੋ ਤੁਸੀਂ ਤੁਹਾਡੀ ਜੋ ਫਰਮ ਹੈ ਔਰ ਤੁਸੀਂ ਉਹ ਡਿਵੋਰਸ ਚਾਈਲਡ ਕੰਟੈਕਟ ਫਾਈਨੈਂਸ਼ੀਅਲ ਪ੍ਰोसीडिंग्स वगੇਤੇ ਕੰਮ ਵੀ ਕਰਦੇ ਹੋ ਜੀ ਜੀ ਬਿਲਕੁਲ ਕਰਦੇ ਹਾਂ ਕਿ ਆਪਾਂ ਇਹ ਜਿਹੜੇ ਤਿੰਨ ਡਿਫਰੈਂਟ ਏਰੀਆਜ਼ ਆ ਆਪਾਂ ਵਨ ਬਾਏ ਵਨ ਡਿਸਕਸ ਕਰਦੇ ਹਾਂ ਠੀਕ ਹੈ ਪਹਿਲਾਂ ਆਪਾਂ ਡਿਵੋਰਸ ਦਾ ਕਰਦੇ ਹਾਂ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਵਾਂ ਕਿ ਜਿਹੜਾ ਤੁਸੀਂ ਜਦੋਂ ਡਿਵੋਰਸ ਅਪਲਾਈ ਕਰਦੇ ਹਾਂ ਕੋਰਟ ਦੀ ਫੀਸ ਹੁੰਦੀ ਹੈ 550 ਪਾਉਂਡ ਤੇ ओरिजिनल मैरिज सर्टिफिकेट ਤੁਹਾਡੇ ਕੋਲ ਹੋਣਾ ਚਾਹੀਦਾ ਜੀ ਠੀਕ ਹੈ ओरिजिनल मैरिज सर्टिफिकेट ਤੋਂ ਬਗੈਰ ਤੁਸੀਂ ਡਿਵੋਰਸ ਅਪਲਾਈ ਨਹੀਂ ਕਰ ਸਕਦੇ ਦੂਸਰੀ ਗੱਲ ਡਿਵੋਰਸ ਅਪਲਾਈ ਕਰਨ ਲਈ ਤੁਹਾਡੀ ਮੈਰਿਜ ਹੋਈ ਨੂੰ ਘੱਟੋ ਘੱਟ 1 ਸਾਲ ਹੋ ਗਿਆ ਹੋਵੇ ਰਾਈਟ ਤੇ ਤੁਹਾਡੀ ਮੈਰਿਜ ਲੀਗਲੀ ਰਜਿਸਟਰ ਹੋਣੀ ਚਾਹੀਦੀ ਹੈ ਜੇ ਤੁਸੀਂ ਐਜ਼ ਅ ਪਾਰਟਨਰ ਰਹਿ ਰਹੇ ਆ ਜਾਂ ਸਿਰਫ ਰਿਲੀਜੀਅਸ ਮੈਰਿਜ ਕੀਤੀ ਹੈ ਕੋਈ ਸਰਟੀਫਿਕੇਟ ਨਹੀਂ ਹੈ ਤੁਹਾਡੇ ਕੋਲ ਤਾਂ ਤੁਹਾਨੂੰ ਫਿਰ ਡਿਵੋਰਸ ਅਪਲਾਈ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਤੁਸੀਂ ਕਾਨੂੰਨ ਦੀ ਨਿਗਾਹ ਦੇ ਵਿੱਚ ਤੁਸੀਂ ਮੈਰਿਡ ਕਪਲ ਨਹੀਂ ਆ। ਦੈਟਸ ਵਾਈਟ। ਆਮ ਸੌਰੀ ਟੂ ਇਨਟਰਪਟ। ਬਟ देयर ਆ ਸਰਵਲ ਪੀਪਲ Who got married and straight away the next day the bride went home. ਉਹ ਕਿਵੇਂ ਕਰਨਗੇ? ਉਹ ਫਿਰ ਉਹਨਾਂ ਨੂੰ ਸਾਲ ਇੱਕ ਸਾਲ ਵੇਟ ਕਰਨਾ ਪੈਣਾ ਹਾਂਜੀ। ਸਾਲ ਵੇਟ ਕਰਨਾ ਪੈਣਾ ਮੈਰਿਜ ਹੋਈ ਨੂੰ ਫਿਰ ਤੁਸੀਂ ਅਪਲਾਈ ਕਰ ਸਕਦੇ ਹੋ। ਰਾਈਟ। ਠੀਕ ਹੈ। ਤਾਂ ਜਿਹੜੇ ਜਿਹੜੇ ਡਿਵੋਰਸ ਹੈਗੇ ਇਹਦਾ ਰੀਜ਼ਨ ਕਿਸ ਗਰਾਉਂਡ ਤੇ ਤੁਸੀਂ ਡਿਵੋਰਸ ਅਪਲਾਈ ਕਰ ਸਕਦੇ। ਹੁਣ ਜਿੱਦਾਂ ਤੁਸੀਂ ਕਿਹਾ ਆ ਕਿ ਅੱਜ ਮੈਰਿਜ ਹੋਈ ਤੇ ਅਗਲੇ ਦਿਨ ਚਲੀ ਗਈ ਚਲੀ ਗਈ ਛੜ ਕੇ ਕੁੜੀ ਤਾਂ ਇਸ ਤਰ੍ਹਾਂ ਦੇ ਕੇਸਸ ਦੇ ਵਿੱਚ ਅਨਰੀਜਨਬਲ ਬਿਹੇਵੀਅਰ ਦੇ ਬੇਸ ਤੇ ਤੁਸੀਂ ਅਪਲਾਈ ਕਰ ਸਕਦੇ ਇਟ ਇਜ਼ ਅਨਰੀਜਨਬਲ ਕਿ ਅਨਰੀਜਨਬਲ ਬਿਹੇਵੀਅਰ ਦੇ ਬੇਸ ਤੇ ਤੁਸੀਂ ਅਪਲਾਈ ਕਰ ਸਕਦੇ ਹੋ ਠੀਕ ਹੈ ਤਾਂ ਇਸ ਤੋਂ ਇਲਾਵਾ 5 ਇਅਰ ਸੈਪਰੇਸ਼ਨ ਬੇਸ ਤੇ ਤੁਸੀਂ ਅਪਲਾਈ ਕਰ ਸਕਦੇ ਜੇ ਤੁਸੀਂ 5 ਸਾਲ ਇੱਕ ਦੂਜੇ ਤੋਂ ਅਲੱਗ ਰਹਿ ਰਹੇ ਹੋ ਤਾਂ 5 ਇਅਰ ਸੈਪਰੇਸ਼ਨ ਜੇ 2 ਸਾਲ ਤੋਂ ਅਲੱਗ ਰਹਿ ਰਹੇ ਹੋ ਵੈਦ ਕਨਸੈਂਟ ਆਫ ਅਦਰ ਪਾਰਟੀ ਤੁਸੀਂ 2 ਸਾਲ ਦੇ ਸੈਪਰੇਸ਼ਨ ਦੇ ਬੇਸ ਤੇ ਵੀ ਅਪਲਾਈ ਕਰ ਸਕਦੇ ਇੱਕ ਹੋਰ ਗਰਾਉਂਡ ਹੁੰਦਾ ਡਿਸਰਸ਼ਨ ਕਿ ਦੂਸਰੀ ਪਾਰਟੀ ਤੁਹਾਨੂੰ ਛੱਡ ਕੇ ਚਲੀ ਗਈ ਜਾਂ ਅਬੋਇਡ ਕਰਦੀ ਹੈ ਉਹਦੇ ਬੇਸ ਤੇ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਪੰਜਵਾਂ ਗਰਾਉਂਡ ਹੁੰਦਾ ਹੈ ਐਡਲਟਰੀ ਜੀ ਐਡਲਟਰੀ ਇਸ ਕਿ ਤੁਹਾਡਾ ਜਿਹੜਾ ਪਾਰਟਨਰ ਆ ਉਹ ਇਸ ਹੈਵਿੰਗ ਸ਼ੀ ਇਸ ਹੈਵਿੰਗ ਅਫੇਅਰ ਵਿਦ ਸਮਨ else yeah, yeah. so ਜਿਹੜਾ ਐਡਲਟਰੀ ਆ ਇਸ ਵੈਰੀ ਰੇਅਰ ਕਾਈਂਡ ਆਫ ਰੀਜ਼ਨਿੰਗ ਜਿਹੜੇ ਲੋਕ ਹੀ ਦਿੰਦੇ ਆ ਜਦੋਂ ਅਪਲਾਈ ਕਰਦੇ ਆ ਕਿਉਂਕਿ ਜੇ ਤੁਹਾਨੂੰ ਸ਼ੱਕ ਵੀ ਪੈਂਦਾ ਆ ਆਪਕੇ ਦੇ ਆਰ ਹੈਵਿੰਗ ਅ ਫੇਅਰ ਵਿਦ ਸਮਵਨ ਉਹ ਪਰ ਪ੍ਰੂਵ ਕਰਨਾ ਬੜਾ ਮੁਸ਼ਕਲ ਹੋ ਜਾਂਦਾ ਜੀ ਤਾਂ ਫਿਰ ਜਿਹੜੇ ਜਿਹੜਾ ਕਾਮਨ ਗਰਾਉਂਡ ਡਿਵੋਰਸ ਦਾ ਅਨਰੀਜਨੇਬਲ ਬਿਹੇਵੀਅਰ ਜੀ ਕਿ ਸਾਡਾ ਆਰਗੂਮੈਂਟ ਹੁੰਦਾ ਸੀ ਸਾਡੀ ਬੰਦ ਹੀ ਨਹੀਂ ਸੀ ਫਿਰ ਅਸੀਂ ਸੈਪਰੇਟ ਹੋਣਾ ਠੀਕ ਸਮਝੇ ਜੀ ਠੀਕ ਹੈ ਠੀਕ ਹੈ ਐਂਡ ਲਾੜੇ ਪੀਪਲ ਉਹਨਾਂ ਮਾਬਾ ਫੋਰਸ ਕਰਦੇ ਇੰਡੀਆ ਲੈ ਜਾਂਦੇ ਉੱਥੇ ਕਿਸ ਨਾਲ ਵਿਆਹ ਕਰ ਲੈਂਦੇ ਜੀ ਵੈਨ ਲੜਕਾ ਕਮਸ ਬੈਕ ਉਹ ਹੀ ਡਸ ਨਾਟ ਵਾਂਟ दैट ਗਰਲ ਟੂ ਕਮ ਹੇਅਰ ਐਂਡ 올 ਦੈਟ ਤੋ ਉਹ ਤਲਾਕ ਜੇ ਇੱਥੇ ਬੈਠਾ ਉਥੇ ਲੈਣਾ ਚਾਹੁੰਦਾ ਹੋਵੇ ਤੁਸੀਂ ਉਹ ਕੰਮ ਕਰਦੇ ਹਾਂਜੀ ਉਹ ਅਸੀਂ ਬਿਲਕੁਲ ਕਰਦੇ ਹਾਂ ਵਿਕੀ ਮੰਨ ਲਓ ਲੜਕਾ ਇੱਥੇ ਆ ਲੜਕੀ ਉਥੇ ਆ ਜਾਂ ਆਪੋਜ਼ਿਟ ਹੈ ਜਿੱਦਾਂ ਵੀ ਮਰਜੀ ਹੈ ਹਾਂਜੀ ਇਹ ਅਸੀਂ ਇਹ ਵੀ ਕਰਦੇ ਹਾਂ ਪਰ ਉੱਥੇ ਫਿਰ ਪ੍ਰੂਵ ਕਰਨਾ ਪੈਂਦਾ ਆਪਾਂ ਨੂੰ ਕਿ ਜਿਹੜੇ ਸਮਨ ਆ ਉਹ ਸਰਵ ਹੋ ਗਿਆ ਜਾਨੀ ਕਿ ਜਿਹੜੀ ਡਿਵੋਰਸ ਪਟੀਸ਼ਨ ਆ ਉਹ ਦੂਸਰੀ ਪਾਰਟੀ ਨੂੰ ਪੋਸਟ ਕਰ ਦਿੱਤੀ ਗਈ ਹੈ ਠੀਕ ਹੈ ਜੀ ਉਹਨੂੰ ਫੜਾ ਦਿੱਤੀ ਗਈ ਹੈ ਸਰਵ ਕਰ ਦਿੱਤੀ ਗਈ ਹੈ ਪਰਸਨਲ ਇਹ ਪ੍ਰੂਵ ਕਰਨਾ ਕਾਫੀ ਮੁਸ਼ਕਲ ਹੁੰਦਾ ਪਰ ਹੋ ਜਾਂਦਾ ਹੈ ਹੋ ਜਾਏਗਾ ਠੀਕ ਹੈ ਜੀ ਚਾਈਲਡ ਕੰਟੈਕਟ ਵਿੱਚ ਤੁਸੀਂ ਕਿਵੇਂ ਮਦਦ ਕਰਦੇ ਹੋ ਚਾਈਲਡ ਕੰਟੈਕਟ ਇਹ ਹੀ ਹੁੰਦਾ ਵੀ ਕਿ ਜਦੋਂ ਦੋ ਪੇਰੈਂਟ ਸੈਪਰੇਟ ਹੋ ਜਾਂਦੇ ਆ ਤਾਂ ਬੱਚੇ ਮਦਰ ਕੋਲ ਰਹਿ ਗਏ ਫਾਦਰ ਉਹਨਾਂ ਨੂੰ ਦੇਖਣਾ ਚਾਹੁੰਦਾ ਹੈ ਜੀ ਤਫਾਦਰ ਵੱਲੋਂ ਫਿਰ ਕੋਰਟ ਨੂੰ ਐਪਲੀਕੇਸ਼ਨ ਲਗਾਈ ਜਾਂਦੀ ਹੈ ਪਰ ਆਪਣੇ ਦਰਸ਼ਕਾਂ ਨੂੰ ਮੈਂ ਦੱਸਦਾ ਜਿਹੜੀਆਂ ਫੈਮਿਲੀ ਕੋਰਟਸ ਦੀ ਇਸ ਤਰ੍ਹਾਂ ਦੀ ਐਪਲੀਕੇਸ਼ਨ ਜੀ ਹੁੰਦੀਆਂ ਨੇ ਫਾਈਨੈਂਸ਼ੀਅਲ ਪ੍ਰोसीडिंग ਦੀ ਹੁੰਦੀ ਆ ਬੇਸ਼ੱਕ ਬੱਚੇ ਨੂੰ ਦੇਖਣ ਲਈ ਹੁੰਦੀ ਆ ਮੀਡੀਏਸ਼ਨ ਦੇ ਥਰੂ ਜਾਣਾ ਪੈਂਦਾ ਠੀਕ ਹੈ ਮੀਡੀਏਸ਼ਨ ਨੂੰ ਪਹਿਲਾਂ ਕੰਟੈਕਟ ਕਰਨਾ ਮੀਡੀਏਸ਼ਨ ਨੂੰ ਦੱਸਣਾ ਹੈ ਆਪਣੀ ਪ੍ਰੋਬਲਮ ਤਾਂ ਮੀਡੀਏਸ਼ਨ ਨੇ ਦੂਸਰੀ ਪਾਰਟੀ ਨੂੰ ਕੰਟੈਕਟ ਕਰਨਾ ਆਪਸ ਵਿੱਚ ਤੁਹਾਡੀ ਗੱਲਬਾਤ ਕਰਾਉਣ ਦੀ ਕੋਸ਼ਿਸ਼ ਕਰਨੀ ਆ ਜੇ ਨਹੀਂ ਸਕਸੈਸਫੁਲ ਹੁੰਦੇ ਉਹ ਗੱਲਬਾਤ ਕਰਾਉਣ ਦੇ ਵਿੱਚ ਜਾਂ ਕੋਈ ਐਗਰੀਮੈਂਟ ਤੁਹਾਡਾ ਕਰਾਉਣ ਦੇ ਵਿੱਚ ਤਾਂ ਉਹਨਾਂ ਨੇ ਫਿਰ ਤੁਹਾਡਾ ਅਪਲੀਕੇਸ਼ਨ ਫਾਰਮ ਹੈ ਕੋਰਟ ਦੇ ਵਿੱਚ ਜਾਣ ਲਈ ਸਾਈਨ ਕਰ ਦੇਣਾ। ਰਾਈਟ ਤਾਂ ਫਿਰ ਅਸੀਂ ਕੋਰਟ ਦੇ ਵਿੱਚ ਕੇਸ ਲਗਾ ਦਿੰਨੇ ਆ ਤੁਹਾਡਾ ਭਾਵੇਂ ਉਹ ਚਾਈਲਡ ਕੰਟੈਕਟ ਦਾ ਹੋਵੇ। ਤਾਂ ਭਾਵੇਂ ਹੁਣ ਤੁਹਾਡਾ ਦੂਸਰਾ ਫਾਈਨੈਂਸ਼ੀਅਲ ਪ੍ਰोसीਡਿੰਗਸ ਦਾ ਹੋਵੇ। ਚਾਈਲਡ ਕੰਟੈਕਟ ਜਿਹੜੀ ਪ੍ਰोसीडिंग ਆ ਇੱਕ ਆਮ ਆਦਮੀ ਲਈ ਸਮਝਣੀ ਬਹੁਤ ਮੁਸ਼ਕਲ ਹੁੰਦੀ ਹੈ ਵੀ ਕਿ ਇਹ ਤਾਂ ਜਿਹੜੇ ਇਸ ਚੀਜ਼ 'ਚੋਂ ਲੰਘਦੇ ਆ ਲੋਕ ਉਹਨਾਂ ਨੂੰ ਪਤਾ ਕਿ ਕਿੰਨੀ ਤਕਲੀਫ ਵਾਲੀ ਗੱਲ ਹੁੰਦੀ ਹੈ ਜੀ ਜਿਸ ਦਾ ਤਨਾਮ ਉਸੀ ਕੋ ਸਾਜੀ ਹਾਂ ਜੀ ਤਾਂ ਆਈ ਥਿੰਕ ਵੀ ਗਾਟ 3 ਮਿੰਟਸ ਲੈਫਟ ਵੀ ਕਿ ਐਂਡ ਐਂਡ THEN ਜਿਹੜੇ ਜਦੋਂ ਚਾਈਲਡ ਕੰਟੈਕਟ ਲਈ ਆਪਾਂ ਕੋਰਟ ਜਾਂਦੇ ਆ ਤਾਂ ਉਹਦਾ ਜਿਹੜਾ ਪ੍ਰोसीजर ਆ ਬਹੁਤ ਲੰਮਾ ਚੌੜਾ ਹੁੰਦਾ ਕਿਉਂਕਿ ਹਰ ਕੋਰਟ ਹੀアリング ਦੇ ਵਿੱਚ ਨਾ ਜਿੰਨੀਆਂ ਵੀ ਕੋਰਟ ਹੀਅਰਿੰਗਸ ਹੁੰਦੀਆਂ ਜਜਸ ਵੱਲੋਂ ਡਿਫਰੈਂਟ ਡਾਇਰੈਕਸ਼ਨ ਦਿੱਤੀਆਂ ਜਾਂਦੀਆਂ ਕਿ ਇਸ ਹੀアリング ਤੋਂ ਪਹਿਲਾਂ ਤੁਸੀਂ ਆਪਣੀ ਸਟੇਟਮੈਂਟ ਫਾਇਲ ਕਰਨੀ ਆ ਅਲੀਗੇਸ਼ਨ ਫਾਇਲ ਕਰਨੇ ਇੱਕ ਦੂਜੇ ਦੇ ਖਿਲਾਫ ਜਿਹੜਾ ਵੀ ਤੁਹਾਡੇ ਕੋਲ ਕੋਈ ਪ੍ਰੂਫ ਹੈ ਇੱਕ ਦੂਜੇ ਦੇ ਖਿਲਾਫ ਉਹ ਦੇਣਾ ਆ ਤਾਂ ਇਸ ਤਰ੍ਹਾਂ ਦੇ ਕੇਸਾਂ ਦੇ ਵਿੱਚ ਬੋਥ ਸਟ्रेसਫੁੱਲ ਪ੍ਰोसीਡਿੰਗਸ ਹੁੰਦੀਆਂ ਪੈਸੇ ਵੀ ਖਰਚ ਹੁੰਦੇ ਆ ਤਾਂ ਅਸੀਂ ਇਹੀ ਸੁਜੈਸਟ ਕਰਦੇ ਹੁੰਦੇ ਆ ਆਪਣੇ ਦਰਸ਼ਕਾਂ ਨੂੰ ਇਹੀ ਕੈਨਸਲਾਹ ਦਿੰਦੇ ਆ ਕਿ ਤੁਸੀਂ ਬੱਚਿਆਂ ਨੂੰ ਦੇਖਣਾ ਜਾਂ ਤੁਹਾਡੀ ਪ੍ਰਾਪਰਟੀ ਦੀ ਕੋਈ ਮਸਲਾ ਹੈ ਆਪਸ ਵਿੱਚ ਤੁਸੀਂ ਐਗਰੀਮੈਂਟ ਕਰਕੇ ਜੋ ਸਲਝਾ ਸਕਦੇ ਆ ਉਹਦੇ ਵਰਗੀ ਕੋਈ ਰੀਸ ਨਹੀਂ ਹੈ। ਬੈਸ ਵਾਈ। ਤਾਂ ਇਹ ਇਹ ਬੈਟਰ ਹੋਏਗਾ ਤੁਹਾਡੇ ਲਈ ਤੁਸੀਂ ਵੀ ਸਟ्रेस 'ਚ ਨਾ ਰਹੋ। ਪੈਸਾ ਵੀ ਨਾ ਖਰਚ ਹੋਵੇ ਤੁਹਾਡਾ। ਜਦੋਂ ਤੁਹਾਡੇ ਨਹੀਂ ਬੰਦੀ ਹੈਗੀ ਸੈਪਰੇਟ ਹੋ ਜੋ ਤੇ ਚੁੱਪ ਕਰਕੇ ਆਪਣਾ ਕੰਮ ਕਰੋ ਦੈਟਸ ਵੈਰੀ ਟੂ ਇੰਡੀਵਰ ਸੇ ਕੋਈ ਚੀਜ਼ ਤਾਂ ਹੀ ਹੋਣੀ ਚਾਹੀਦੀ ਹੈ ਕਿ ਬਣਾ ਕੇ ਰੱਖੋ ਪਰ ਜੋ ਨਹੀਂ ਹੁੰਦੀ ਤਾਂ ਐਸ ਮਹਾਤਮਾ ਗਾਂਧੀ ਸੇ ਜ਼ੁਲਮ ਬਰਦਾਸ਼ਤ ਕਰਨਾ ਵੀ ਇੰਨਾ ਹੀ ਬੁਰਾ ਹੁੰਦਾ ਜਾਂਦਾ ਹੈ ਇੰਨਾ ਹੀ ਪਾਪ ਹੈ ਜਿੰਨਾ ਕਿ ਜ਼ੁਲਮ ਕਰਨਾ ਹੁੰਦਾ ਐਂਡ ਦੈਨ ਵਨ ਆਫ ਦ ਲਾਸਟ ਕੁਐਸਚਨ ਪਲੀਜ਼ ਕਿ ਜਦੋਂ ਬਹੁਤ ਸਾਰੇ ਬ੍ਰਿਟਿਸ਼ ਨੈਸ਼ਨਲ ਇੰਡੀਆ ਤੋਂ ਪਾਕਿਸਤਾਨ ਤੋਂ ਕੁੜੀਆਂ ਨਾਲ ਵਿਆਹ ਕਰਕੇ ਇੱਥੇ ਲੈ ਆਂਦੇ ਜਾਂ ਫਿਰ ਕੋਈ ਲੜਕੀਆਂ ਇੱਥੇ ਵਾਲੀਆਂ ਉੱਥੋਂ ਮੁੰਡਾ ਲੈ ਆਂਦੀਆਂ ਇੱਥੇ ਆ ਕੇ ਆਪਣੇ ਅੰਗੂਠੇ ਥੱਲੇ ਰੱਖਣਾ ਫਿਰ ਨੰਤਾਂ ਕਰਨਾ ਪਰੇਸ਼ਾਨ ਕਰਨਾ ਅੰਦਰ ਬੰਦ ਕਰਕੇ ਰੱਖਣਾ আর ਫਿਰ ਜਦੋਂ ਉਹ ਉਹਨਾਂ ਨੂੰ ਬਾਰ ਬਾਰ ਇਹ ਧੋਸ ਦੇਣਾ ਕਿ ਅਸੀਂ ਤੁਹਾਡੀ ਨੈਸ਼ਨੈਲਿਟੀ ਜਾਂ ਫਿਰ ਤੁਹਾਡੀ ਇਨਡੇਫਿਨਿਟ ਸਟੈਂਪ ਕੈਨਸਲ ਕਰਵਾ ਸਕਦੇ ਹਾਂ ਕੈਨ ਦੇ ਡੂ ਥੈਟ ਨਾ ਜਦੋਂ ਇੱਕ ਵਾਰੀ ਤੁਹਾਨੂੰ ਪੱਕਾ ਵੀਜ਼ਾ ਮਿਲ ਜਾਂਦਾ ਇਨਡੇਫਿਨਿਟ ਲੀਵ ਟੂ ਰੇਮੇਨ ਮਿਲ ਜਾਂਦੀ ਕੋਈ ਵੀ ਕੈਨਸਲ ਨਹੀਂ ਕਰਾ ਸਕਦਾ ਅੱਛਾ ਜੀ ਠੀਕ ਹੈ ਠੀਕ ਹੈ ਥੋ ਇਸ ਕਰਕੇ ਡਰਨ ਦੀ ਕੋਈ ਵੀ ਦੂਸਰੀ ਬ੍ਰਿਟਿਸ਼ ਨੈਸ਼ਨੈਲਿਟੀ ਤਾਂ ਕੈਨਸਲ ਹੋਣ ਦਾ ਕੋਈ ਚਾਂਸ ਹੀ ਨਹੀਂ the indefinitely leave we unless case you are a criminal ਤੁਸੀਂ ਕ੍ਰਿਮੀਨਲ ਆ ਕੋਈ ਐਸਾ ਤੁਸੀਂ ਅਫੈਂਸ ਕੀਤਾ ਕਿ ਜਿਹੜਾ ਪਬਲਿਕ ਸਿਕਿਉਰਿਟੀ ਲਈ ਚੰਗਾ ਨਹੀਂ ਹੈਗਾ ਤਾਂ ਤੁਹਾਨੂੰ ਸਰਕਾਰ ਵੱਲੋਂ ਆਬਵੀਅਸਲੀ ਉਹ ਡਾਇਰੈਕਸ਼ਨਸ ਮਿਲੀਆਂ ਕਿ ਤੁਹਾਨੂੰ ਰਿਪੋਰਟ ਕਰ ਦੇਣਾ ਪਰ ਕੋਈ ਨਹੀਂ ਕਰਾ ਸਕਦਾ ਹੋਰ ਕੋਈ ਪ੍ਰਾਈਵੇਟ ਪਰਸਨ ਉਹ ਤੁਹਾਡੀ ਇਨਡੇਫਿਨਿਟਲੀ ਕੈਨਸਲ ਨਹੀਂ ਕਰਾ ਸਕਦਾ ਜਾਂ ਬ੍ਰਿਟਿਸ਼ ਨੈਸ਼ਨੈਲਿਟੀ ਕੋਈ ਕੈਨਸਲ ਨਹੀਂ ਕਰਾ ਸਕਦਾ ਥੈਂਕ ਯੂ ਐਵਰ ਸੋ ਮਚ ਇੰਡੀਡ अज का प्रोग्रामी देखया डलसन सिलिस्टर्स का प्रोग्राम जो कि हर हफ्ते हाँ तो सेवाच् संगत टेलीविजन स्काई चैनल सैवन सिक्स नाइन तो पेश तो किया है सिर्फ इस करके किसी तरह की भी इमीग्रेसन की प्रॉब्लम ना हो फैमिली लॉ की कोई प्रॉब्लम ना हो बहुत ब्यूटीफुल कंट्री है एंड लाइफ इज़ ब्यूटीफुल है और संगत टीवी से तो अच्छी संगत हो ही और वह प्रूफ है जो हमारे साथ जो आती हैं वकील दलजीत जी अगले हफ्ते आज ही के दिन आज ही के समय एक बार फिर मुलाकात संघ टेलीविजन पर ही होगी इन द मीन टाइम तुम जो वकील साहब न मिलना चाहते हो तो किसी तरह की कोई भी प्रॉब्लम है और तुम सचमुच सॉल्व करना चाहते हो तो संघत टेलीविजन की जो रिसेप्शन है टेलीफोन करो रिसेप्शन पर टेलीफोन करके तुम अपना टेलीफोन नंबर और अपना नाम छोड़ दो वकील साहब का ये वायदा है कि हाँ टेलीफोन कॉल को परसनल ट्रीट कर दिए और जरूर टेलीफोन करेंगे और अलावा स्क्रीन से एक वट्सअप का टेलीफोन नंबर भी आ रहा है उस टैलीफोन नंबर पर तुम आप टेलीफोन भी कर सकते हो और अपना मैसेज भी छोड़ सदते हो एंड ऑफकोर्स वकील साहब का वायदा ये उतो भी वापस टैलीफोन करेंगे वो अलावा तीन जगह जितने जाते होंगे कम्यूनिटी सेंटर्स से कोविड करके वो बंद हैं तो उत्थे ये जा नहीं सकते आजकल फ्री राय देन वास्ते आप देखो इन्ना पढ़ लिख के ए लड़की फ्री राय देन जाती है तो यह भला ही सोचती है ता ही इस तरह करती है वो अलावा इन्हें जो ऑफिस है उत्थे जा सकते हो या टेलीफोन भी उत्थे सकते ए, सिर्फ इस करके अपने एड्रेस देनी है ऑफिस का ताकि कोई परेर के, तो को के गलत साइड से ना चला जाए बहुत सारे ऐसे लोग हैं तुम्हें तो पता ही एशियन कम्यूनिटी के भी हेयर ड्रेसर है वो भी इमीग्रेशन किराए दें दे। सब्जी वाला भी इमीग्रेशन किराए दें उसके दे। दे अलावा जो किसी रैसटोरेंट से जाते हो उ जो मुंडा खड़ा वह भी इमीग्रेष्न की किराए देंद असी वैसे भी जो लोग है ना अपना पेंडा टेंडा मिंडा इन्ह की सलाह सूँ ज़्यादा समझ आती है तो फिर जो तुम्हें कोई ऐसी सलाह देा वो होने वाला मेरे को तो इना ऑफिस जाके गल कर सकते हो ऑफिस का नंबर है डलसन सलिस्टर्स सैवनटीन स्कूल रोड हॉल ग्रीन बैमिंग हैम एज सिंपल एज दैट तुम्हें कोई कुछ कवे भी जी हमैसि होने वाली है हम पक्के करने वाले हैं बहुत सारे पक्के कर देने पैसे दे दो तो कर, ठीक है देवे पहले जरा मैं भैन जी गाल कर ला तो टेलीफोन करके गल कर सदते हो सा पूरी तरह परमात्मा तो भी प्रेर है कि कोई भी गलत स्टैप तुम ना लो और डल सन दिवाल हमेशा इन टच रहो एंड ऑन संगत टी वी यू आर इन गुड संगत एंड विद डल सोलिसिटर यू आर हंड्रेड परसेंट इन गुड संगत अगली मुलाकात अगले हफ्ते होगी तब तक के लिए सत श्रीकालीकाल